ਏਡਾ ਧਮਾਕਾ ਕਰਤਾ, ਕੱਪੜੇ ਦੀ ਕੱਟ ਪੂਰੀ ਦਾਂਗੇ, ਵੇਚਣ ਲਈ ਲੈਣਾ ਵੇਚਣ ਲਈ ਲੈ ਜਾਓ, ਘਰ ਲਈ ਲੈਣਾ ਘਰ ਲਈ ਲੈ ਜਾਓ, ਵਿਆਹ ਲਈ ਲੈਣਾ ਜਿੰਨਾ ਮਰਜ਼ੀ ਲੈ ਜਾਓ, 100 ਰੁਪਏ। ਆਹ ਦੇਖੋ ਜੀ, ਜਿਹੜੇ ਬਾਜ਼ਾਰ 'ਚ 5 ਮੀਟਰ ਦਾ ਸੂਟ 500-500 'ਚ, ਬਾਬੇ ਦੀ ਹੱਟੀ ਤੋਂ ਲੈ ਜਾਓ 100 ਰੁਪਏ ਦਾ ਸੂਟ, 100 ਰੁਪਏ ਦਾ ਸੂਟ, ਸਿਰਫ 100 ਰੁਪਏ ਦਾ ਸੂਟ ਮਿਲਣਾ 4 ਦਿਨ, ਸ਼ਨੀਵਾਰ, ਐਤਵਾਰ, ਸੋਮਵਾਰ, ਮੰਗਲਵਾਰ ਆ ਜਾਓ, 500-500 ਦੇ ਸੂਟ ਲੈ ਜਾਓ। ਦੇਖੋ ਭਾਜੀ, 100 ਰੁਪਏ 'ਚ ਪ੍ਰਿੰਟ ਦੇਖੋ ਤੁਸੀਂ, ਚੀਜ਼ਾਂ ਦੇਖੋ, 100 ਰੁਪਏ ਦਾ ਸੂਟ, ਜ਼ਿਲ੍ਹਾ ਜਲੰਧਰ, ਜਮਸ਼ੇਰਗੜ੍ਹ, ਬਾਬੇ ਦੀ ਹੱਟੀ, ਭਾਜੀ ਆ ਲਓ ਕੈਮਰਿਕ ਦਾ ਸੂਟ, ਕੱਪੜਾ ਚੈੱਕ ਕਰੋ ਕੈਮਰਿਕ, ਹਾਂਜੀ, ਬਾਜ਼ਾਰ 'ਚ 60 ਰੁਪਏ 70 ਰੁਪਏ ਮੀਟਰ ਮਿਲਦੀ ਆ ਜੀ, ਆ ਚੱਕੋ ਬਾਬੇ ਦੀ ਹੱਟੀ ਦੇ 500-3 ਸੂਟ, 500-3 ਕੱਪੜਾ, ਮੀਟਰ ਨਾਪ ਕੇ 5 ਮੀਟਰ, ਆ ਧਮਾਕੇ, 200 ਰੁਪਏ ਦਾ ਸੂਟ, ਉਹ ਦੇਖੋ ਆ ਵੀ 200 ਰੁਪਏ ਦਾ, ਮੈਂ ਗਾਰੰਟੀ ਲੈਣਾ, ਨਾ ਕਿਸੇ ਨੇ ਦਿੱਤਾ ਨਾ ਦੇਣਾ, ਚੱਕੋ ਦੇਖੋ, ਦੁਕਾਨਦਾਰਾਂ ਦੇ ਦਿਲ ਘਉਮਾਉ ਕਰਦੇ ਹੋਣੇ ਆ, ਬਹੁਤ ਦੁਕਾਨਦਾਰ ਹੁਣ ਝਾੜ ਕੇ ਵੀ ਲੱਗੀ ਜਾਂਦੇ, ਕਹਿੰਦੇ ਬਾਬਾ ਕਰੀ ਕੀ ਜਾਂਦਾ, ਭਾਜੀ ਕਰੀਏ ਜਾਂਦਾ ਜੀ, ਪਟਾਕੇ ਪਾਉਣੇ ਆ ਭੈਣਾ ਭਰਾਵਾਂ ਦਾ ਫਾਇਦਾ ਕਰਾਉਣਾ, 200 ਰੁਪਏ ਸੂਟ, ਨਾ ਵਿਕਿਆ ਵਾਪਸ ਨਾਲ ਦਿਮਾਗ ਤੇ ਬੋਝ, ਆਹ ਦੁਪੱਟਾ ਦੇਖੋ ਕੋਟਨ ਦਾ ਨਾਲ, ਬਾਜ਼ਾਰ 'ਚ ਤੁਸੀਂ 450-450 ਦਾ, ਹਾਂਜੀ ਲੈ ਲੈਣਾ, ਅਗਲੇ ਨੇ ਵਾਪਸ ਹੀ ਲੈਣੀ, ਹਾਂਜੀ ਆਹ 4 'ਚੋਂ 1 ਲੈ ਜਾਓ, ਤਾਂ ਵੀ 225 ਦਾ, 4 ਲੈ ਗਏ ਤਾਂ ਵੀ 225 ਦੇ, 2 ਵਿਕ ਗਏ 2 ਵਾਪਸ, 3 ਵਿਕ ਗਏ 1 ਵਾਪਸ, ਓ ਯਾਰ 4 ਨਾ ਵਿਕੇ ਤਾਂ ਵੀ ਵਾਪਸ, ਪਾ ਕਹਿੰਦੇ ਤੀਜੇ ਨਾਲ ਗੱਡੀ ਬਦਲਦਾ, ਕਰੇ ਫੋਰਚੂਨਰ, ਆਏ ਥਾਰ, ਸੱਚੀ ਕਹਿੰਦੇ ਹੁਣ ਰੂਬੀ ਕੌਣ ਦੀ ਤਿਆਰੀ, ਓਏ ਹੋਏ ਹੀ ਕਹਿੰਦੇ ਡਿਫੈਂਡਰ ਬੁੱਕ ਕਰਾਤੀ, ਓਏ ਹੋਏ ਹੋਏ ਕੀ ਬਾਤ ਹੈ, ਤੁਸੀਂ ਰੁਪਈਏ ਵੀ 2-2 ਕਮਾਉਣੇ ਸੂਟਾਂ 'ਚੋਂ, ਗੱਡੀਆਂ ਲੈ ਉਹਨੇ ਕਰੋੜਾਂ ਦੀਆਂ, ਉਹ ਬੈਂਕਾਂ ਦੀਆਂ ਮੇਰੀਆਂ ਨਹੀਂ ਹੈਗੀਆਂ, ਸਭ ਤੋਂ ਵੱਡਾ ਫਾਇਦਾ ਤੁਸੀਂ ਕੰਮ ਸਟਾਰਟ ਕਰਨਾ 20,000 ਨਾਲ, ਤੁਸੀਂ ਕਰਨਾ 50,000 ਨਾਲ, ਮੈਂ ਗਾਰੰਟੀ ਲੈ ਕੇ ਦਊ, ਤੁਸੀਂ ਸਿਰਫ ਪੈਸੇ ਕਮਾਉਣੇ ਆ, ਜਿਹੜਾ ਸੂਟ ਬਚ ਜੇ ਮੈਨੂੰ ਮੋੜ ਜੋ, ਹਲੋ 700-800 ਰੁਪਏ ਦਾ ਸੂਟ, ਹਾਂਜੀ ਉਹ 1 ਨਾਲ 1 ਫ੍ਰੀ, ਉਹ ਬਾਬੇ ਨੂੰ ਪਾਣੀ ਪੂਣੀ ਪਿਲਾ ਦਿਓ ਭਰਾਵਾ, ਜਾਂ ਪਾਣੀ ਕੋਕ ਦੀ ਬੋਤਲ ਲਿਆਓ, ਨੁਕਸ ਪੈ ਗਿਆ ਕੋਈ ਨਾ ਕੋਈ, 1 ਨਾਲ 1 ਫ੍ਰੀ, ਹੈਲ ਪੈ ਗਈ ਹੈਲ, ਕੋਈ ਨੀ ਹੈਲ ਭਾਈ, ਆ ਰੇਟਾਂ ਦੀ ਪਾਣ ਲੱਗਾ, ਆ ਚੱਕ 700, ਮੇਰੀ ਗੱਲ ਸੁਣ ਲਓ, ਦੇਣੇ ਪੈਣੇ ਆ 350, ਉਧਰੋਂ ਦੇਖੋ ਦੁਨੀਆ ਦੇਖਦੀ ਆ, 16 ਸੂਟ ਦੁਨੀਆ ਦੇਖਦੀ ਆ, ਉਹ ਭਾਜੀ 350 ਦਾ ਸੂਟ, ਆ ਲੈ ਜਾਓ, ਇਹ 1,000 ਰੁਪਇਆ 900-800 ਇੰਨਾ ਰੇਟ ਆ, 350 ਸੂਟ ਦੇਤਾ, ਸੌਣ ਲੱਗੇ ਵੱਡੇ ਮਹਾਰਾਜ ਦੀ, ਪੱਕੀ ਗੱਲ, ਦੇਤਾ ਦਊਂਗੇ, ਦੇਤਾ ਭਾਜੀ, 1,000 ਵਾਲਾ ਸੂਟ ਵੀ ਲੈ ਜਾਓ 350 ਚੱਕ ਲਓ, ਤੇ ਅਲੋ 1 ਨਾਲ 1 ਫ੍ਰੀ, ਹੁਣ ਤੂੰ ਕਹਿਣਾ ਹਿੱਲ ਪੈ ਗਈ ਹੈ, ਕੋਈ ਗੱਲ ਨਹੀਂ, ਪੈਣ ਦੇ ਗਰਮੀ ਪਹਿਲ ਨਹੀਂ ਬਹੁਤ, ਹਾਂਜੀ 425 ਦਾ ਸੂਟ, 850 ਦੇ 2, ਉਹ 2,000-2,000 ਰੁਪਏ ਦੇ ਸੂਟ ਮਿਲਦੇ ਆ ਬਾਜ਼ਾਰ 'ਚ ਵੱਡੇ ਸ਼ੋਰੂਮਾਂ ਤੇ, ਆ ਦੇਖੋ ਫਿਰ 425 'ਚ ਕਰਦੇ ਬਾਬੇ ਦੀ ਹੱਟੀ, ਲਾ ਲਓ ਸਲਵਾਰ, ਆ ਦੇਖੋ ਜਿਹੜਾ ਬਾਜ਼ਾਰ 'ਚ 2,000 ਦਾ 1, ਬਾਬੇ ਦੀ ਹੱਟੀ ਤੋਂ ਲੈ ਜਾਓ 425 ਦਾ 1 ਜੀ, ਆ ਲੈ ਜਾਓ, ਕੋਈ 800-1,000 ਦਾ ਨਹੀਂ, ਉਹ 1,100 ਦੇ 2, 550, ਲੈ ਵੀ ਰੱਖੜੀ ਆ, ਤਿਉਹਾਰ ਵੀ ਆ ਗਿਆ, ਆ ਲੈ ਜਾਓ ਰੱਖੜੀ ਦੇ ਵਧੀਆ ਵਧੀਆ ਸੂਟ, ਉਹ ਵੀ ਥੋੜੇ ਪੈਸਿਆਂ 'ਚ, ਭਾਜੀ 1 ਨਾਲ 1 ਫ੍ਰੀ ਪੂਰੀ ਦੁਕਾਨ, ਜਿਹੜਾ ਮਰਜ਼ੀ ਹੱਥ ਰੱਖ, ਜਿਹੜਾ ਮਰਜ਼ੀ, ਮੈਂ ਕਿਹਾ 10,000 ਵਾਲਾ ਲਓ ਨਾਲ 1 10,000 ਵਾਲਾ ਫ੍ਰੀ, ਅੱਛਾ 10,000 ਦੇ ਸੂਟ ਨਾਲ 10,000 ਦਾ ਸੂਟ ਫ੍ਰੀ, 5,000 ਨਾਲ 5,000 ਵਾਲਾ ਫ੍ਰੀ, ਸਟਾਮ ਪੇਪਰ ਤੇ ਲਿਖ ਕੇ ਗੱਲਾਂ ਨਹੀਂ ਕਰਦੇ, ਫੀਸ ਤੇ ਫੋਟੋ, ਹਾਂਜੀ ਲਓ ਦੁਪੱਟਾ ਨਾਲ, ਸੂਟ ਕਿੰਨੇ ਚਾਹੀਦੇ ਆ, 10, 20, 25, 50, 75, ਹਾਂਜੀ ਚੱਕੋ, ਉਹ ਨਾ ਵਿਕੇ ਵਾਪਸੀ ਕਰ ਜਾਣਾ ਭਾਜੀ, ਇਹ 1,100-1,200 ਨੂੰ ਸੂਟ ਵਿਕਦਾ, ਚੱਕੋ 500 ਰੁਪਏ, ਓਏ ਆਹ ਦੇਖੋ, ਓਏ 1 ਨਾਲ ਦੇ ਜਿੰਨੇ ਮਰਜ਼ੀ, ਆਹ ਭੈਣ ਪਾਲਵੇ, ਆਹ ਭਰਜਾਈ ਪਾਲਵੇ, ਆਹ ਤਾਈ ਪਾਲਵੇ, ਆਹ ਚਾਚੀ ਪਾਲਵੇ, ਆਹ ਭੂਆ ਪਾਲਵੇ, ਓ ਜਿਹੜੇ ਬਾਜ਼ਾਰ 'ਚ ਮਿਲਦਾ 2,000 ਦਾ 1 ਸੂਟ, ਬਾਬੇ ਦੀ ਹੱਟੀ ਤੇ ਲੈ ਜਾਓ 2,000 ਦੇ 4, ਕਿੰਨਾ ਕੰਮ, ਆਹ ਦੇਖੋ ਬਾਜੂ ਵਰਕ, ਆਹ ਫਰੰਟ ਸਾਰਾ ਪੂਰਾ ਟੌਰ ਕਢਾਈ, ਓ ਪੌਂਚਿਆਂ ਦੇ ਵੀ ਕੰਮ, ਬਾਬਾ ਇਹ ਵੀ 500, ਇਹ ਵੀ 500, ਆਹ ਵੀ 500, ਆ ਦੇਖੋ 500, ਵਾਹ ਤੋਬਾ ਤੋਬਾ ਤੋਬਾ, ਆ ਦੇਖ ਦੁਪੱਟਾ ਨਾਲ, ਇਹਨਾਂ ਦਾ 200-200 ਸੂਟ, ਹਾਂਜੀ ਆ ਦੇਖੋ ਢੇਰੀਆਂ ਲੱਗੀਆਂ ਹੋਈਆਂ,
ਇੱਥੇ ਗੱਲ ਖਤਮ ਨਹੀਂ ਹੁੰਦੀ। ਇੱਧਰ ਟਾਂਕਾਂ ਲੱਗੀਆਂ ਹੋਈਆਂ, ਪੌੜੀਆਂ ਭਰਦੀਆਂ। ਮੈਂ ਕਿਹਾ ਪੌੜੀਆਂ ਵੀ ਭਰੀਆਂ ਹੋਈਆਂ, ਟਾਂਕਾਂ ਲੱਗੀਆਂ ਹੋਈਆਂ। ਉਹ ਯਾਰ ਆਹ ਚੀਜ਼ਾਂ ਦੇਖੋ, ਮੀਟਰ ਵਾਲੇ ਕੱਪੜੇ ਵੀ 100 ਰੁਪਏ ਮੀਟਰ ਕਰਤੇ, 1500-1500 ਦੇ ਸੂਟ। ਆ ਚੱਕੋ 400-400 ਰੁਪਏ, 400 ਰੁਪਏ ਸੂਟ, 400 ਰੁਪਏ ਦਾ ਸੂਟ, 1500-1600 ਸੂਟ ਭਾਜੀ, 400 ਰੁਪਏ ਚੈਲੰਜ ਹੈ। ਲਓ ਜੀ, ਚਾਰ ਦਿਨ ਬਾਬੇ ਦੀ ਹੱਟੀ ਦੇ 4 ਦਿਨ ਸੂਟਾਂ ਦੇ ਰੇਟਾਂ ਦੇ ਪਹਿਣ ਕੇ ਪਟਾਕੇ, ਜਿੱਥੇ ਸਾਨੂੰ 500-500 ਵਾਲੇ ਸੂਟ 100-100 ਰੁਪਏ ਚ ਮਿਲਣੇ ਆ, 1000-1000 ਦੇ ਸੂਟ 250-250-300 ਮਿਲਣੇ ਆ, ਉਹ ਜਿਹੜੇ 1500-1500 ਦੇ ਸੂਟ ਆ ਬਾਬੇ ਦੀ ਹੱਟੀ ਦੇ 500-500 ਚ ਮਿਲਣੇ ਆ। ਬਾਬਾ ਜੀ ਰੱਖੜੀ ਤੋਂ ਪਹਿਲੇ ਪਟਾਕੇ ਪਾ ਲਓ। ਵੱਡਾ ਪਟਾਕਾ ਸ਼ੁਰੂ ਕਰਤਾ ਹੈ ਆਲ ਓਵਰ ਪ੍ਰਿੰਟ। ਆਹ ਦੇਖੋ ਚੀਜ਼ਾਂ, ਦੇਖੋ ਪ੍ਰਿੰਟ, ਦੇਖੋ ਭਾਜੀ, ਆ ਲਓ ਬਾਬੇ ਦੀ ਹੱਟੀ ਤੇ ਲੱਗ ਗਈ ਆ ਸੇਲ। ਆਹ ਪ੍ਰਿੰਟ ਦੇਖੋ, ਸੈੱਟ ਲੈਣ ਦੀ ਲੋੜ ਨਹੀਂ, ਕੱਲਾ ਕੱਲਾ ਪੀਸ ਲੈ ਜਾਓ। ਓਏ ਹੋਏ, ਆਏ ਹਾਏ ਕਰਾ ਦੇਣੀ ਆ ਰੇਟਾਂ ਦੀ ਆਪਾਂ। ਮੈਂ ਕਿਹਾ ਦੇਖੋ ਹੋ ਜੂਗਾ ਅੱਜ। ਆਲੋ ਭੈਣਾਂ ਭਰਾਵਾਂ ਲਈ ਇੱਕ ਤੋਂ ਇੱਕ ਸੂਟ, ਇੱਕ ਤੋਂ ਇੱਕ ਡਿਜ਼ਾਈਨ। ਆਹ ਦੇਖੋ ਜੀ ਪ੍ਰਿੰਟ ਦੇਖੋ, ਬਰੀਕ ਪ੍ਰਿੰਟ ਵੀ ਆ ਗਏ ਨੇ, ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ। ਆਲੋ ਕਾਲਾ ਸੂਟ ਬੂਟੀਆਂ ਵਾਲਾ ਵੀ ਆ ਗਿਆ ਆ। ਹਾਂਜੀ, ਕਾਲਾ ਵੀ ਆ ਗਿਆ, ਪੀਲਾ ਵੀ ਆ ਗਿਆ। ਆਹ ਵੱਡਾ ਧਮਾਕਾ ਕਰਤਾ, ਕੱਪੜੇ ਦੀ ਕੱਟ ਪੂਰੀ ਦਾਂਗੇ। ਵੇਚ ਨਹੀਂ ਲੈਣਾ, ਵੇਚ ਨਹੀਂ ਲੈ ਜਾਓ, ਘਰ ਨਹੀਂ ਲੈਣਾ, ਘਰ ਨਹੀਂ ਲੈ ਜਾਓ, ਵਿਆਹ ਨਹੀਂ ਲੈਣਾ, ਜਿੰਨਾ ਮਰਜ਼ੀ ਲੈ ਜਾਓ, 100 ਰੁਪਏ। ਆਹ ਦੇਖੋ ਜੀ, ਜਿਹੜੇ ਬਾਜ਼ਾਰ 'ਚ 5 ਮੀਟਰ ਦਾ ਸੂਟ 500-500 ਚ, ਬਾਬੇ ਦੀ ਹੱਟੀ ਤੋਂ ਲੈ ਜਾਓ 100 ਰੁਪਏ ਦਾ ਸੂਟ, 100 ਰੁਪਏ ਦਾ ਸੂਟ, ਸਿਰਫ 100 ਰੁਪਏ ਦਾ ਸੂਟ ਮਿਲਣਾ 4 ਦਿਨ, ਸ਼ਨੀਵਾਰ, ਐਤਵਾਰ, ਸੋਮਵਾਰ, ਮੰਗਲਵਾਰ ਆ ਜਾਓ, 500-500 ਦੇ ਸੂਟ ਲੈ ਜਾਓ। ਆਹ ਦੇਖੋ ਭਾਜੀ, 100 ਰੁਪਏ 'ਚ ਪ੍ਰਿੰਟ ਦੇਖੋ ਤੁਸੀਂ, ਚੀਜ਼ਾਂ ਦੇਖੋ, 100 ਰੁਪਏ ਦਾ ਸੂਟ, ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਦੀ ਹੱਟੀ। ਆਹ ਚੱਕੋ ਜੀ, ਜਿਹਨਾਂ ਭੈਣ ਭਰਾਵਾਂ ਨੇ ਵੇਚਣ ਲਈ ਕੱਪੜਾ ਲੈਣਾ, ਵੱਡੇ ਫੇਰੇ ਕਰਾਂਗੇ, ਜਿਹੜਾ ਕੱਪੜਾ ਨਾ ਵੀ ਕਿਹਾ ਹੋ ਜਾਊਗਾ ਵਾਪਸੀ, ਟੈਨਸ਼ਨ ਵੀ ਲੈਣ ਦੀ ਲੋੜ ਨਹੀਂ, ਸੈੱਟ ਲੈਣ ਦੀ ਵੀ ਲੋੜ ਨਹੀਂ, ਕੱਲਾ ਕੱਲਾ ਪੀਸ ਲੈ ਜਾਓ। ਦੇਖੋ ਜੀ, ਹੁਣ ਸੋਚਣ ਦਾ ਟਾਈਮ, ਟਾਈਮ ਖਰਾਬ ਕਰਨ ਦਾ ਟਾਈਮ ਨਹੀਂ, ਛੇਤੀ ਆ ਜਾਓ, ਜਿਹੜਾ ਪਹਿਲਾਂ ਆ ਜਾਊਗਾ ਵੱਡੇ ਫਾਇਦੇ। ਉਹ ਜਿਹੜਾ ਬਾਜ਼ਾਰ 'ਚ ਲੈਣਾ 20,000 ਦਾ ਕੱਪੜਾ ਗਰੰਟੀ, ਬਾਬੇ ਦੀ ਹੱਟੀ 7,000 ਰੁਪਏ 'ਚ, 20,000 ਵਾਲਾ ਕੱਪੜਾ 7,000 'ਚ, 3-3 ਗੁਣਾ ਰੇਟ ਘੱਟ ਕਰਦੇ ਬਾਜ਼ਾਰ ਦੀ। ਲਓ ਕੈਮਰਿਕ ਦਾ ਸੂਟ, ਕੱਪੜਾ ਚੈੱਕ ਕਰੋ, ਕੈਮਰਿਕ। ਹਾਂਜੀ, ਬਾਜ਼ਾਰ 'ਚ 60-70 ਰੁਪਏ ਮੀਟਰ ਮਿਲਦੀ ਆ ਜੀ। ਆਹ ਚੱਕੋ ਬਾਬੇ ਦੀ ਹੱਟੀ ਦਾ 503 ਸੂਟ, 503 ਕੱਪੜਾ, ਮੀਟਰ ਨਾਪ ਕੇ 5 ਮੀਟਰ। ਓ ਤੇਰਾ ਭਲਾ, ਆ ਵੀ ਲੈ ਜਾਓ 503 ਸੂਟ, ਚੱਕੋ ਕੈਮਰਿਕ ਦਾ ਸੂਟ, ਦੁਪੱਟਾ ਵੀ ਆ ਗਿਆ ਭਾਜੀ। ਸ਼ਨੀਵਾਰ ਐਤਵਾਰ ਆਹ ਚੱਕੋ ਭਾਜੀ, ਕੈਮਰਿਕ ਦਾ ਸੂਟ ਦੁਪੱਟਾ ਵੀ ਦਿਖਾਣੇ ਆ। ਆਹ ਚੱਕੋ ਪਹਿਲਾਂ ਆਲ ਓਵਰ ਕੈਮਰਿਕ, ਪ੍ਰਿੰਟ ਦੇਖੋ, ਡਿਜ਼ਾਈਨ ਦੇਖੋ। ਹਾਂਜੀ ਭਾਜੀ, ਇੱਕ ਇੱਕ ਸੂਟ ਦੀ ਗਰੰਟੀ ਇੰਸ਼ੋਰੈਂਸ ਕਰਤੀ ਹੈ। ਉਹ ਨਾ ਵੀ ਗਿਆ ਮੋੜ ਜਾਣਾ, ਦਿਮਾਗ ਤੇ ਬੋਝ ਨਹੀਂ ਪਾਉਂਦਾ। ਮੈਨੂੰ ਲੱਗਦਾ ਤੁਹਾਡਾ ਦਿਮਾਗ ਖਰਾਬ ਹੋ ਗਿਆ, ਤੁਸੀਂ ਬਸ ਹਿੱਲ ਗਏ ਹੋ। ਇੱਕ ਤਾਂ ਕੱਪੜਾ ਸਸਤਾ, ਦੂਜਾ ਕਹਿੰਦੇ ਹੋ ਨਹੀਂ ਵੀ ਗਿਆ ਵਾਪਸ ਦੇ ਜਾਓ। ਉਹ ਵਾਪਸੀ ਤਾਂ ਆਇਆ ਵੀ ਕਿਸੇ ਭੈਣ ਭਰਾ ਨੇ ਕੰਮ ਸਟਾਰਟ ਕਰਨਾ, ਅਗਲੇ ਨੂੰ ਨੌਲੇਜ ਨਹੀਂ ਹੈਗੀ, ਅਗਲੇ ਕੋਲ ਕੱਪੜਾ ਨਹੀਂ ਵਿਕਦਾ, ਦੁਕਾਨਦਾਰ ਲਾਉਂਦਾ ਛਿੱਲ, ਜੇਬ 'ਚ ਪੈਸੇ ਪਾ ਕੇ ਕਹਿੰਦਾ ਅਸੀਂ ਚੱਲੇ ਭਾੜਾ ਨੂੰ, ਇੱਥੇ ਭਾੜਾ ਦਾ ਕੰਮ ਨਹੀਂ। ਤੇ ਬਾਬੇ ਨੇ ਕੱਲੇ ਨੇ ਠੇਕਾ ਲਿਆ ਪੰਜਾਬ ਦਾ, ਉਹ ਕਹਾਂ ਦਾ ਬਹੁਤ ਆ ਇੱਥੇ ਪੰਜਾਬ 'ਚ, ਕੋਈ ਜਾਣ ਬਾਬਾ ਨਹੀਂ ਬਣ ਸਕਦਾ ਕੋਈ। ਆਹ ਚੱਕੋ 503, ਆ ਲਓ ਵੀ, ਆ ਵੀ 503, ਨਾ ਕਿਸੇ ਨੇ 100 ਦਾ ਸੂਟ ਲੈਣਾ, ਨਾ ਕਿਸੇ ਨੇ 503 ਲੈਣੀ ਆ, ਇਹ ਸਿਰਫ ਤੇ ਸਿਰਫ ਇੰਡੀਆ ਦਾ ਸਭ ਤੋਂ ਵੱਡਾ ਕਿੰਗ ਬਾਬੇ ਦੀ ਹੱਟੀ, ਜਿਹਦਾ ਦਿਮਾਗ ਹਿੱਲ ਗਿਆ ਆ।
ਜਿਹੜਾ ਭੱਜਣ ਦੀ ਤਿਆਰੀ ਕੈਨੇਡਾ ਕਹਿੰਦੇ ਵੀਜ਼ਾ ਲੱਗ ਗਿਆ ਦੁਕਾਨਦਾਰਾਂ ਦਾ ਕਹਿਣਾ ਇੱਥੇ ਫਾਇਦੇ ਹੋਣੇ ਆ ਜਾਣਾ ਕੈਨੇਡਾ ਕੈਨੇਡਾ ਜਾ ਰਹੇ ਅਮਰੀਕਾ ਜਾਵਾਂਗੇ ਕਿਹੜਾ ਵੀਜ਼ਾ ਲੱਗ ਗਿਆ ਆ ਮੈਂ ਕਿਹਾ ਲੱਗ ਗਿਆ ਗੋਲਡ ਵੀਜ਼ਾ ਤੂੰ ਟੈਨਸ਼ਨ ਨਾ ਲਾ ਦੇਖ ਤੂੰ ਸੂਟ ਦੇਖ ਓਏ ਹੋਏ ਆਹ ਦੇਖ ਦੁਪੱਟੇ ਆ ਸੂਟ ਆ ਧਮਾਕੇ ਪਟਾਕੇ ਪਾਉਣੇ ਆ ਭੈਣਾ ਭਰਾਵਾਂ ਦਾ ਫੇਰਾ ਕਰਾਉਣਾ 200 ਰੁਪਏ ਸੂਟ ਨਾ ਵਿਕਿਆ ਵਾਪਸ ਨਾ ਆ ਦਿਮਾਗ ਤੇ ਬੋਝ ਦੇਖੋ ਮਿੱਲਾਂ ਵਾਲੀ ਵੀ ਟੈਨਸ਼ਨਾਂ ਚ ਫੈਕਟਰੀਆਂ ਵਾਲੀ ਵੀ ਟੈਨਸ਼ਨਾਂ ਚ ਕਹਿੰਦੇ ਇੰਨੇ ਦਾ ਸਾਡੇ ਤੋਂ ਬਣਦਾ ਹੀ ਨਹੀਂ ਆਹ ਦੇਖੋ ਪੀਸ ਹੁਣ ਤੁਹਾਡੇ ਅੱਗੇ ਬੁਲਬੁਲ ਦੇ ਬੱਚੇ ਸਲਵਾਰ ਪਟਿਆਲਾ ਹਾਂਜੀ ਓਏ ਹੋਏ ਆਏ ਹਾਏ ਬੱਦੋ ਬੱਦੀ ਰੇਟ ਲਾ ਲੈਣਾ ਪੱਜ ਬੱਦੋ ਬੱਦੀ ਬੱਦੋ ਬੱਦੀ ਆ ਜਾਓ ਛੇਤੀ ਫ੍ਰੀ ਦੇ ਪਾ ਕੱਪੜਾ ਲੈ ਜਾਓ ਆ ਲਓ ਆਹ ਦੁਪੱਟਾ ਦੇਖੋ ਕੋਟਨ ਦਾ ਨਾਲ ਬਾਜ਼ਾਰ ਚ ਤੁਸੀਂ 450 ਦਾ ਹਾਂਜੀ ਲੈ ਲੈਣਾ ਅਗਲੇ ਨੇ ਵਾਪਸੀ ਲੈਣੀ ਹਾਂਜੀ ਆਹ 400 ਚੋਂ ਇੱਕ ਲੈ ਜਾਓ ਤਾਵੀਂ 225 ਦਾ ਚਾਰ ਲੈ ਗਏ ਤਾਵੀਂ 225 ਦੇ ਦੋ ਵਿਕ ਗਏ ਦੋ ਵਾਪਸ ਤਿੰਨ ਵਿਕ ਗਏ ਇੱਕ ਵਾਪਸ ਓ ਯਾਰ ਚਾਰ ਨਾ ਵਿਕੇ ਤਾਵੀਂ ਵਾਪਸ ਤੁਸੀਂ ਹੋਲਸੇਲ ਕਰੋ ਹੋਲਸੇਲ ਚ ਇਦਾਂ ਮਿਲਦਾ ਇਦਾਂ ਸੈੱਟ ਬਾਈ ਸੈੱਟ ਓ ਸੈੱਟ ਬਾਈ ਸੈੱਟ ਫਿਰ ਕਿਹੜਾ ਉਹਨਾਂ ਨੇ ਨਾਲ ਲੈ ਜਾਣਾ ਛਾਤੀ ਦੇ ਧਰ ਕੇ ਗੱਲ ਹੀ ਸਮਝਿਆ ਉਹਨਾਂ ਨੇ ਹੋਲਸੇਲ ਵਾਲੇ ਪੈਸੇ ਇਕੱਠੇ ਕਰਨੇ ਆ ਭਾਵੇਂ ਦੇ ਵਿੱਚ ਆਪਾਂ ਲੋਕਾਂ ਦਾ ਫੇਰਾ ਕਰਨਾ ਹੈ ਭਾਵੇਂ ਚੈੱਕ ਲੈ ਲਈਏ ਇੱਕ ਲੈ ਲਓ 225 ਦਾ ਲਓ ਆਹ ਵੀ ਇੱਕ ਹੋਰ ਫਾਇਦਾ ਤੁਹਾਨੂੰ ਕੋਈ ਬੰਦਿਸ਼ ਨਹੀਂ ਕੋਈ ਟੈਨਸ਼ਨ ਨਹੀਂ ਬਈ ਸੈੱਟ ਬਾਈ ਸੈੱਟ ਲੈ ਕੇ ਜਾਣਾ ਪੈਣਾ ਇੱਥੋਂ ਭਾਵੇਂ ਇਹਦੇ ਵਿੱਚੋਂ ਇੱਕ ਕੱਢ ਲਓ ਭਾਵੇਂ ਉਹ ਚੋਂ ਇੱਕ ਕੱਢ ਲਓ ਹੋਲਸੇਲਰ ਨਾਲ ਵੀ ਕੁਛ ਨਹੀਂ ਨਾਲ ਲੈ ਜਾਣਾ ਸਭ ਇੱਥੇ ਹੀ ਰਹੇ ਨੇ ਹਾਂਜੀ ਮੈਂ ਵੀ ਜਦੋਂ ਜਾਣਾ ਪਿੱਛੇ ਸਭ ਕੁਝ ਛੱਡ ਕੇ ਹੀ ਜਾਣਾ ਹਾਂਜੀ ਇਸ ਕਰਕੇ ਫੇਰਾ ਕਰਨ ਡਿਆ ਬੰਦੇ ਕਮਾਣ ਡਿਆ ਪੈਸੇ ਨਹੀਂ ਕਮਾਣੇ ਚੱਕੋ 225 ਮੈਨੂੰ ਸਮਝ ਨਹੀਂ ਆਉਂਦੀ ਬਾਜ਼ਾਰ ਸਾਰੇ ਵਿਹਲੇ ਆ ਬਾਬੇ ਦੇ ਟਿੱਤੇ ਮੇਲੇ ਬਾਬਾ ਕਹਿੰਦੇ ਤੀਜੇ ਦਿਨ ਗੱਡੀ ਬਦਲਦਾ ਕਰੇ ਫੋਰਚੂਨਰ ਆਏ ਥਾਰ ਸੱਚੀ ਕਹਿੰਦੇ ਹੁਣ ਰੂਬੀ ਕੌਣ ਦੀ ਤਿਆਰੀ ਓਏ ਹੋਏ ਕੋਈ ਕਹਿੰਦੇ ਡਿਫੈਂਡਰ ਬੁੱਕ ਕਰਾ ਦੀ ਓਏ ਹੋਏ ਇੱਕ ਗੱਲ ਬਾਤ ਹੈ ਤੁਸੀਂ ਰੁਪਈਏ ਵੀ ਦੋ ਦੋ ਕਮਾਉਣੇ ਸੂਟਾਂ 'ਚੋਂ ਗੱਡੀਆਂ ਲੈ ਉਹਨੇ ਕਰੋੜਾਂ ਕਰੋੜਾਂ ਦੀਆਂ ਉਹ ਬੈਂਕਾਂ ਦੀਆਂ ਮੇਰੀਆਂ ਨਹੀਂ ਹੈਗੀਆਂ ਤੂੰ ਧਿਆਨ ਰੱਖੀ ਇਸ ਚੀਜ਼ ਦਾ ਜਦ ਤੱਕ ਕਿਸ਼ਤਾਂ ਨਹੀਂ ਮੁੱਕਦੀਆਂ ਗੱਡੀਆਂ ਬੈਂਕਾਂ ਦੀਆਂ ਹੁੰਦੀਆਂ ਆ ਮੈਨੂੰ ਤੂੰ ਫਰਾਰੀ ਵੀ ਲੈ ਲੈ ਉਹ ਕਿਸ਼ਤਾਂ ਦੀ ਰਹਿਣੀ ਆ ਆ ਚੱਕ ਨਾਲੇ ਜ਼ਮੀਨ ਵੀ ਕਿਸੇ ਦੀ ਨਹੀਂ ਹੁੰਦੀ ਨਾ ਹੀ ਬਦਲੇ ਜਾਂਦੇ ਆ ਹਾਂਜੀ ਠੀਕ ਹੈ ਕਿਸੇ ਵੇਲੇ ਪਿਓ ਕਿਸੇ ਵੇਲੇ ਪੋਤਾ ਕਿਸੇ ਵੇਲੇ ਕੋਈ ਵੀ ਨਹੀਂ ਹੁੰਦਾ ਕੋਈ ਹੋਰ ਹੀ ਲੈ ਜਾਂਦਾ ਜੀ ਪਰ ਪਿਓ ਪਿਓ ਤੇ ਪੁੱਤ ਪੋਤੇ ਹੀ ਹੁੰਦਾ ਆਹ ਬਾਬੇ ਦਾ ਰੇਟ ਹੁੰਦਾ 250 ਰੁਪਈਆ ਦੇ ਚਾਰ ਤੇਰਾ ਭਲਾ ਆਹ ਦੇਖੋ ਆਹ ਜਿਹੜੀਆਂ ਕੁੜੀਆਂ ਕਹਿੰਦੀਆਂ ਸਾਨੂੰ ਚੰਡੀਗੜ੍ਹ ਤੋਂ ਘੱਟ ਪਸੰਦ ਨਹੀਂ ਮੋਹਾਲੀ ਤੋਂ ਘੱਟ ਪਸੰਦ ਨਹੀਂ ਉਹ ਨਾ ਹੁਣ ਲੁਧਿਆਣੇ ਜਾਣ ਦੀ ਲੋੜ ਨਾ ਜਲੰਧਰ ਜਾਣ ਦੀ ਲੋੜ ਨਾ ਅੰਮ੍ਰਿਤਸਰ ਜਾਣ ਦੀ ਲੋੜ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਬਾਬੇ ਦੀ ਹੱਟੀ ਦੇ ਚਾਰ ਦਿਨ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਚਾਰ ਦਿਨ ਦੇ ਭਾਜੀ ਸਭ ਤੋਂ ਵੱਡਾ ਫਾਇਦਾ ਤੁਸੀਂ ਕੰਮ ਸਟਾਰਟ ਕਰਨਾ 20,000 ਨਾਲ ਤੁਸੀਂ ਕਰਨਾ 50,000 ਨਾਲ ਮੈਂ ਗਰੰਟੀ ਲੈ ਕੇ ਦਊਂ ਤੁਸੀਂ ਸਿਰਫ ਪੈਸੇ ਕਮਾਉਣੇ ਆ ਜਿਹੜਾ ਸੂਟ ਬਚ ਜੇ ਮੈਨੂੰ ਮੋੜ ਜੋ ਅੱਛਾ ਕੋਈ ਫੈਰਾ ਫੁਦਾ ਕਰ ਦਿਓ ਜੇ ਕੋਈ ਕਹਿ ਰਵੇ ਕਸਟਮਰ ਤੇ ਮੈਨੂੰ ਵੈਰਾਈਟੀ ਦੇ ਨਹੀਂ ਪਤਾ ਲੱਗਦਾ ਵੈਰਾਈਟੀ ਬਣਾ ਦਿਓ ਜੀ ਪੂਰੀ ਵੈਰਾਈਟੀ ਪੂਰੀ ਵੈਰਾਈਟੀ ਬਣਾ ਕੇ ਦਾਂਗੇ ਪੂਰਾ ਗਾਈਡ ਕਰਾਂਗੇ ਜੇ ਕਪੜਾ ਨਾ ਵਿਕਿਆ ਵਾਪਸ ਵੀ ਲਵਾਂਗੇ ਆਹ ਸੂਟ ਤੁਸੀਂ ਹੱਸ ਕੇ 350-400 ਦਾ ਵੇਚੋ ਤੇ ਜੇ ਨਾ ਵਿਕਿਆ ਮੋੜ ਜਾਣਾ ਇੱਥੇ ਬੋਝ ਨਹੀਂ ਪਾਉਣਾ ਦੇਖੋ ਪੂਰੇ ਇੰਡੀਆ ਵਿੱਚ ਸਾਰੀ ਦੁਕਾਨ ਨਹੀਂ ਮਿਲਣੀ ਜਿਹੜੇ ਕਹਿੰਦੇ ਕਪੜਾ ਵੀ ਸਸਤਾ ਨਾ ਵਿਕਿਆ ਵਾਪਸ ਵੀ ਦੇ ਜਿਓ ਟੈਨਸ਼ਨ ਲੈਣੀ ਕੋਈ ਨਹੀਂ ਇਹ ਵੀ ਕਹਿੰਦੇ ਵੀ ਸੈੱਟ ਸੂਟ ਲੈਣ ਦੀ ਲੋੜ ਨਹੀਂ ਇੱਕ ਇੱਕ ਲੈ ਜਾਓ ਚੁਣ ਚੁਣ ਕੇ ਹਲੋ 700-800 ਰੁਪਏ ਦਾ ਸੂਟ ਹਾਂਜੀ ਉਹ ਇੱਕ ਨਾਲ ਇੱਕ ਫ੍ਰੀ ਉਹ ਬਾਬੇ ਨੂੰ ਪਾਣੀ ਪੂਣੀ ਪਿਲਾ ਦਿਓ ਭਰਾਵਾ ਜੇ ਪਾਣੀ ਕੋਕ ਦੀ ਬੋਤਲ ਲਿਆਓ ਇਹ ਨੁਕਸ ਪੈ ਗਿਆ ਕੋਈ ਨਾ ਕੋਈ ਇੱਕ ਨਾਲ ਇੱਕ ਫ੍ਰੀ ਹੈਲ ਪੈ ਗਈ ਹੈਲ ਤੁਹਾਡੇ ਕੋਈ ਨਹੀਂ ਹੈਲ ਭਾਈਆ ਰੇਟਾਂ ਦੀ ਪਾਣ ਲੱਗਾ ਆ ਚੱਕ ਸਾ ਮੇਰੀ ਗੱਲ ਸੁਣ ਲਓ ਦੇਣੇ ਪੈਣੇ ਆ 350 ਉਧਰ ਉਧਰ ਦੇਖੋ ਦੁਨੀਆ ਦੇਖਦੀ ਆ ਦੁਨੀਆ
ਰਸੋਈਆਂ ਦੇਖਦੀ ਆ। ਓ ਬਾਜੀ 350 ਦਾ ਸੂਟ ਆਹ ਲੈ ਜਾਓ। ਇਹ 1000 ਰੁਪਿਆ 900 800 ਇੰਨਾ ਰੇਟ ਆ ਬਈ। 350 ਦਾ ਸੂਟ ਦੇਤਾ। ਸੌ ਲਗੇ ਵੱਡੇ ਮਹਾਰਾਜ ਦੀ ਪੱਕੀ ਗੱਲ। ਦੇਤਾ ਦਊਂਗੇ। ਦੇਤਾ ਬਾਜੀ 1000 ਵਾਲਾ ਸੂਟ ਵੀ ਲੈ ਜਾਓ, 350 ਚੱਕ ਲਓ। ਆਹ ਬਾਜੀ ਪੀਸ ਦੇਖੋ, ਇੱਥੇ ਓਵਰ ਐਕਟਿੰਗ ਨਹੀਂ ਹੁੰਦੀ, ਵੀਡੀਓ ਬਣਾਉਣ ਲੱਗਿਆ। ਹਾਂਜੀ, ਇੱਥੇ ਰੋਲਾ ਕਿਸੇ ਗੱਲ ਦਾ ਨਹੀਂ ਹੁੰਦਾ, ਇੱਥੇ ਸਿਰਫ ਫੇਰਾ ਹੁੰਦਾ ਭੈਣਾਂ ਭਰਾਵਾਂ ਦਾ। ਇੱਥੇ ਆ ਚੀਜ਼ਾਂ, ਮਸਲੀਨ ਦੀ ਸਲਵਾਰ, ਅਲੋ ਗੀਜ਼ਾ ਕੋਟਨ ਦੀ ਸ਼ਰਟ। ਉਹਦਾ ਨਵੀਂ ਪੰਜਾਬੀ ਫਿਲਮ 'ਚ ਐਕਟਰ ਨੇ ਪਾਇਆ ਹੀ ਸੂਟ ਹੈ, ਇੰਨੇ ਮਹਿੰਗੇ ਨਾ ਦਿਖਾਓ ਸਾਨੂੰ। ਓ ਭਾਜੀ ਦੋ ਹਜ਼ਾਰ ਵਾਲੇ ਸੂਟ ਨਾ ਦਿਖਾਓ, ਸਾਰ ਦੇਖੋ ਸਸਤੇ। ਅਲੋ ਇੱਕ ਨਾਲ ਇੱਕ ਫ੍ਰੀ। ਹੁਣ ਤੂੰ ਕਹਿਣਾ ਹਿੱਲ ਪੈ ਗਈ ਹੈ, ਕੋਈ ਗੱਲ ਨਹੀਂ, ਪੈਣ ਦੇ ਗਰਮੀ ਪਹਿਲਾਂ ਹੀ ਬਹੁਤ ਆ। ਹਾਂਜੀ, 425 ਦਾ ਸੂਟ, 850 ਦੇ ਦੋ। ਆ 2000 ਰੁਪਏ ਦੇ ਸੂਟ ਮਿਲਦੇ ਆ ਬਾਜ਼ਾਰ 'ਚ ਵੱਡੇ ਸ਼ੋਰੂਮਾਂ ਦੇ। ਆ ਦੇਖੋ ਫਿਰ 425 ਕਰਦੇ ਬਾਬੇ ਦੀ ਹੱਟੀ ਨਾਲ। ਆ ਲੋ ਸਲਵਾਰ। ਆ ਦੇਖੋ ਜਿਹੜਾ ਬਾਜ਼ਾਰ 'ਚ 2000 ਦਾ ਇੱਕ, ਬਾਬੇ ਦੀ ਹੱਟੀ ਤੋਂ ਲੈ ਜਾਓ 425 ਦਾ ਇੱਕ। ਆ ਦੇਖੋ ਭਾਜੀ ਚੀਜ਼, ਓਏ ਹੋਏ ਹੋਏ ਹੋਏ, ਆ ਦੇਖੋ ਲੈਸਾਂ ਲੱਗਾ ਸੂਟ ਆ ਗਿਆ ਬਲੈਕ ਕਲਰ ਦਾ। ਇਹਦਾ ਗੀਜ਼ਾ ਕੋਟਨ। ਓ ਜਿਹਨੇ ਓ ਚੁੰਨੀ ਦੇਖੋ, ਟਾਈ ਐਂਡ ਡਾਈ ਭਾਜੀ, ਓ ਇਦਾਂ ਦੀਆਂ ਚੀਜ਼ਾਂ ਲੈਸਾਂ ਲੱਗੀਆਂ ਹੋਈਆਂ। ਹਾਂਜੀ, ਆ ਲੈ ਜਾਓ, ਕੋਈ 800 ਦਾ ਨੀ, ਉਹ 1100 ਦੇ ਦੋ, 550। ਲੈ ਵੀ ਰੱਖੜੀ ਆ, ਤਿਉਹਾਰ ਵੀ ਆ ਗਿਆ, ਆ ਲੈ ਜਾਓ ਰੱਖੜੀ ਦੇ ਵਧੀਆ ਵਧੀਆ ਸੂਟ, ਉਹ ਵੀ ਥੋੜੇ ਪੈਸਿਆਂ 'ਚ। ਉਹ ਬਾਜ਼ਾਰਾਂ 'ਚ ਹੋਣੀਆਂ ਲੁੱਟਾਂ, ਦੁਕਾਨਦਾਰਾਂ ਨੇ ਕਰਨੇ ਡਬਲ ਡਬਲ ਪੈਸੇ। ਬਾਬੇ ਦੇ ਪੈ ਗਏ ਨੁਕਸ, 2-2 ਰੁਪਏ, 5-5 ਰੁਪਏ ਦੇ ਮਾਰਜਨ ਤੇ। ਬਾਬਾ ਜੀ ਰੱਖੜੀ ਤੇ ਤਾਂ ਫਿਰ ਲੋਕਾਂ ਨੂੰ ਖੁਸ਼ੀਆਂ ਲਿਆਤੀਆਂ ਘਰ ਭਾਜੀ। ਇੱਕ ਨਾਲ ਇੱਕ ਫ੍ਰੀ ਪੂਰੀ ਦੁਕਾਨ, ਜਿਹੜਾ ਮਰਜ਼ੀ ਹੱਥ ਲੱਗ ਜਾ, ਜਿਹੜਾ ਮਰਜ਼ੀ। ਮੈਂ ਕਿਹਾ 10000 ਦਾ ਲਓ, ਨਾਲ ਇੱਕ 10000 ਦਾ ਫ੍ਰੀ। ਅੱਛਾ, 10000 ਦੇ ਸੂਟ ਨਾਲ 10000 ਦਾ ਸੂਟ ਫ੍ਰੀ? 5000 ਨਾਲ 5000 ਦਾ ਫ੍ਰੀ। ਸਟੈਂਪ ਪੇਪਰ ਤੇ ਲਿਖ ਕੇ ਗੱਲਾਂ ਨਹੀਂ ਕਰਦੇ। ਨਹੀਂ, ਤੁਸੀਂ ਲੋਕਾਂ ਨੂੰ ਕੰਮ ਕਰ ਨਹੀਂ ਦੇਣਾ ਪੰਜਾਬ 'ਚ ਹੋਰ ਕਿਸੇ। ਆਹ ਦੇਖੋ ਭਾਜੀ ਪੀਸ ਤੇ, ਆਹ ਇਹਦੀ ਫੋਟੋ ਪਹਿਲਾਂ ਦੇਖੋ, ਆਹ ਦੇਖੋ ਪੀਸ ਤੇ ਫੋਟੋ। ਹਾਂਜੀ, ਆਹ ਲੋ ਦੁਪੱਟਾ ਨਾਲ। ਸੂਟ ਕਿੰਨੇ ਚਾਹੀਦੇ ਆ? 10 20 25 50 75। ਹਾਂਜੀ, ਚੱਕੋ। ਉਹ ਨਾ ਵਿਕੇ ਵਾਪਸੀ ਕਰ ਜਾਣਾ ਭਾਜੀ। ਇਹ 1100-1200 ਨੂੰ ਸੂਟ ਵਿਕਦਾ, ਚੱਕੋ 500 ਰੁਪਏ। ਓਏ ਆਹ ਦੇਖੋ, ਓਏ ਇੱਕ ਨਾਲ ਦੇ ਜਿੰਨੇ ਮਰਜ਼ੀ, ਆਹ ਭੈਣ ਪਾਲਵੇ, ਆਹ ਭਰਜਾਈ ਪਾਲਵੇ, ਆਹ ਤਾਈ ਪਾਲਵੇ, ਆਹ ਚਾਚੀ ਪਾਲਵੇ, ਆਹ ਭੂਆ ਪਾਲਵੇ, ਆਹ ਮਾਸੀ ਪਾਲਵੇ, ਆਹ ਦਾਦੀ ਪਾਲਵੇ, ਆਹ ਨਾਨੀ ਪਾਲਵੇ। ਦੇਖੋ ਤੁਸੀਂ ਆਹ ਚੀਜ਼ ਦੇਖੋ, ਠੀਕ ਆ ਜੀ, ਪਾਪਾ ਦੀ ਭੈਣ ਲਈ ਵੀ ਇਹੀ ਸੂਟ ਹੈ। ਹੈਲੋ, ਸਪੈਸ਼ਲ ਚੀਜ਼। ਹਾਂਜੀ, ਪਾਪਾ ਦੀ ਭੈਣ ਲਈ ਸੂਟ ਆ ਗਿਆ। ਓਏ ਹੈਲੋ, ਓਏ ਹੋਏ, ਆਹ ਤੁਹਾਡੀ ਭੂਆ ਲਈ ਇਹੀ ਸੂਟ ਆ ਗਿਆ। ਮਿੰਦੋ ਲਈ ਹੈ ਕੁਛ? ਉਹ ਵੀ ਹੈਗਾ। ਆਹ ਦਾਦੀ ਦੀ ਕੁੜੀ ਲਈ ਵੀ ਸੂਟ ਆ ਗਿਆ। ਲੈ ਤਾਂ ਆਹ ਚੱਕੋ, ਮੇਰੀ ਭੂਆ ਲਈ ਵੀ ਸੂਟ ਆ ਗਿਆ, ਚੱਕੋ 500 ਰੁਪਏ। ਆ ਬਈ 500 ਚ। ਉਹ ਇੱਕ ਹੋਰ ਗੱਲ ਸੁਣ ਲਓ, ਵਿਆਹ ਭਾਵੇਂ ਤੁਹਾਡੇ ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਉਹ ਦਾਜ ਵਾਲੀ ਦਾ ਕੱਪੜਾ, ਉਹ ਸਭ ਤੋਂ ਵੱਡੀ ਗੱਲ, ਬੈਂਕ 'ਚ ਪਏ ਨੋਟ ਤੇ ਪੈਟੀ 'ਚ ਪਏ ਸੂਟ ਕੰਮ ਆਉਣੇ ਜੇ। ਹਾਂਜੀ, ਆਹ ਚੱਕੋ ਫਿਰ ਸੂਟ ਸਲਵਾਰ ਵਰਕ ਦੇ ਨਾਲ। ਜਿਹਨੇ ਲੈਣਾ ਦਾਜ ਵਾਲੀ ਦਾ ਕੱਪੜਾ, ਉਹਦੇ ਵੀ ਲੱਖਾਂ ਰੁਪਏ ਬਚਣੇ ਆ। ਆ ਜਾਓ। ਓਏ ਹੋਏ ਹੋਏ, ਆ ਦੇਖੋ ਪੀਸ ਭਾਜੀ, ਉਹ ਚੀਜ਼ਾਂ ਦੇਖੋ, ਰੇਟਾਂ ਨੂੰ ਰੋਲ ਤਾਂ। ਇਹ ਡਿਜ਼ਾਈਨ ਕਿੱਥੋਂ ਲਈ ਉਹਨੇ ਕੱਢ ਕੱਢ? ਭਾਜੀ ਦੇਖੋ ਆਹ ਚੀਜ਼ਾਂ, ਆਹ ਦੁਪੱਟੇ, ਆਹ ਫੋਟੋਆਂ ਭਾਜੀ, 500। ਹਲੋ, ਇਹ ਵੀ 500 ਚ ਹੀ? 500 ਚ ਆ ਰੱਖੋ। ਓ ਚੱਕੋ, ਜਿਹੜੇ ਬਾਜ਼ਾਰ ਚ ਮਿਲਦਾ 2000 ਦਾ ਇੱਕ ਸੂਟ, ਬਾਬੇ ਦੀ ਹੱਟੀ ਤੇ ਲੈ ਜਾਓ 2000 ਦੇ 4। ਆ ਦੇਖੋ ਫੋਟੋ, ਹੁਣ ਪਿੰਡਾਂ ਦੀਆਂ ਆਮ ਕੁੜੀਆਂ ਮਿੰਦੀਆਂ ਛਿੰਦੀਆਂ ਵੀ ਸਵੀਨਾ ਸੈਂਡੀਆਂ ਟੈਂਡੀਆਂ ਮੈਂਡੀਆਂ ਬਣਾਉਣੀਆਂ, ਕਿਉਂਕਿ ਕੱਪੜਾ ਦੇਖੋ ਕਿੰਨਾ ਵਧੀਆ, ਕਿੰਨਾ ਸਸਤਾ, ਘਰ ਘਰ ਟੋਰ ਕਰ ਦਿਆਂਗੇ। ਆ ਚੱਕੋ ਭਾਜੀ, ਤੁਸੀਂ ਸੂਟ ਨਾਲ ਦੁਪੱਟਾ ਦੇਖੋ, ਜ਼ਿਲ੍ਹਾ ਜਲੰਧਰ ਦੇਖੋ, ਤੇ ਜ਼ਿਲ੍ਹਾ ਜਲੰਧਰ ਨਾਲ ਜਮਸ਼ੇਰ ਖਾਸ ਦੇਖੋ, ਤੇ ਜਮਸ਼ੇਰ ਖਾਸ ਪਿੰਡ 'ਚ ਇੱਕ ਦੁਕਾਨ ਬਾਬੇ ਦੀ ਹੱਟੀ ਵੇਖੋ। ਹਾਂਜੀ, ਤੇ ਸਲਵਾਰ ਵਰਕ ਨਾਲ ਦੁਪੱਟਾ ਵੇਖੋ, ਤੇ ਇਦਾਂ ਦਾ ਕੰਟਰਾਸਟ ਵੇਖੋ। ਹਾਂਜੀ, ਨਾ 1500 ਦਾ ਘੱਟ ਮਿਲਣਾ, ਨਾ ਕਿਸੇ ਨੇ ਦੇਣਾ। ਆ ਚੱਕੋ ਬਾਬੇ ਦੀ ਹੱਟੀ 500 ਰੁਪਏ ਦਾ ਸੂਟ। ਆਹ ਦੇਖ ਲਓ ਵੀ 500 ਦੇ ਵਿੱਚ ਇੱਕ ਡਿਜ਼ਾਈਨ ਨਹੀਂ, ਦੋ ਡਿਜ਼ਾਈਨ ਨਹੀਂ, ਸਾਡੇ ਕੋਲ 100 ਡਿਜ਼ਾਈਨ ਲੈ ਜਾਓ ਜਿੰਨਾ ਮਰਜ਼ੀ। ਆ ਲਓ ਭਾਜੀ,
ਜਿੰਨਾ ਭੈਣ ਭਰਾਵਾਂ ਨੇ ਘਰੇ ਬੈਠੇ ਬਿਜ਼ਨਸ ਸ਼ੁਰੂ ਕਰਨਾ ਹੈ, ਜਿਹੜੇ ਕਹਿੰਦੇ ਆ ਵੀ ਯਾਰ ਕੰਮ ਕਰੀਏ ਕਿਹੜਾ, ਹਾਂਜੀ ਨੁਕਸਾਨ ਹੋ ਜਾਂਦਾ, ਕੰਮ ਚੱਲਦਾ ਹੀ ਕੋਈ ਨੀ। ਹਾਂਜੀ ਆਹ ਲੋਕ ਕੰਮ ਕਰੋ, ਕੱਪੜਾ ਵੇਚੋ, ਜਿੱਥੇ ਨੁਕਸ ਪੈ ਜੇ ਕੱਪੜੇ ਚ ਨਾ ਵਿਕੇ ਮੋੜ ਜੋ, ਨਵਾਂ ਲੈ ਜੋ, ਟੈਨਸ਼ਨ ਨਹੀਂ ਲੈਣੀ। ਕੋਈ ਭੈਣ ਭਰਾ ਕੋਈ ਦਿੱਲੀ ਬੈਠਾ, ਕੋਈ ਬੰਬੇ, ਕੋਈ ਜੰਮੂ, ਹਿਮਾਚਲ, ਕਿਸੇ ਨੇ 50,000 ਦਾ ਕੱਪੜਾ, ਕਿਸੇ ਲੱਖ ਦਾ, ਕੋਈ ਸਿਸਟਮ ਹੈਗਾ ਆਨਲਾਈਨ? ਉਹ ਜਿਹੜੇ ਭੈਣ ਭਰਾ 50,000 ਲੱਖ ਦਾ ਆਨਲਾਈਨ ਕੱਪੜਾ ਲੈਣਾ ਚਾਹੁੰਦੇ ਹੋ, ਆਨਲਾਈਨ ਲਓ। ਮੈਂ ਤਾਂ ਕਹਿੰਦਾ ਵਿਜ਼ਿਟ ਕਰੋ, ਆਨਲਾਈਨ ਤੇ ਅਸੀਂ ਪੂਰੀ ਦੁਕਾਨ ਤਾਂ ਖੋਲ ਕੇ ਨਹੀਂ ਦਿਖਾ ਸਕਦੇ। ਹਾਂਜੀ ਇੱਥੇ 4 ਭੈਣ ਭਰਾ ਕੇ ਪੂਰੀ ਦੁਕਾਨ ਲਾ ਦਾਂਗੇ ਥੱਲੇ। ਹਾਂਜੀ ਜਿੰਨਾ ਮਰਜ਼ੀ ਲੈ ਜਾਓ, ਜਿਹੜਾ ਨਾ ਵੀ ਕੇ ਮੋੜ ਜਾਓ, ਚਾਹ ਪਾਣੀ ਦਾ ਦਿਮਾਗ ਤੇ ਬੋਝ ਪਾਉਣਾ ਹੀ ਨਹੀਂ। ਭਾਜੀ ਸੂਟ ਨਹੀਂ ਲੈਣਾ, ਨਾਸ਼ਤਾ ਕਰੋ, ਲੰਚ ਕਰੋ, ਡਿਨਰ ਕਰੋ, ਕੋਈ ਟੈਨਸ਼ਨ ਨਹੀਂ, ਪੈਸੇ ਥੋੜੀ ਨਾਲ ਜਾਣੇ ਆ। ਆਪਾਂ ਤਾਂ ਰੌਣਕ ਮੇਲੇ ਦੀ ਕੰਮ ਕਰਦੇ ਆ। ਸਸਤੇ ਸਸਤੇ ਦਾ ਤੁਸੀਂ 5,000 ਦਾ ਸੂਟ ਨਾ ਖੋਲੋ, ਇਹ ਸਹਿਰ ਕਰੋ। ਓਏ ਭਾਜੀ ਤੁਸੀਂ ਪੀਸ ਦੇਖੋ, ਸਸਤੇ ਦਾ ਮੈਂ ਆਪੇ ਹੀ ਕਰ ਦੇਣੇ ਆ ਹੁਣ। ਆ ਪੀਸ ਦੇਖੋ ਤੁਸੀਂ, ਆ ਦੇਖੋ ਗਲੇ ਦੇ ਕੰਮ ਦੇਖੋ, ਐਨ ਦੇਖੋ, ਲੁੱਕ ਦੇਖੋ ਕਿੰਨੀ ਸੋਹਣੀ ਆ। ਬਾਜ਼ਾਰ ਦਾ ਰੇਟ 3,500 ਰੁਪਇਆ, ਇੱਥੇ ਪਤਾ ਕਰ ਲੈਣੇ ਕੀ ਆ। ਆ ਲੋ ਭਾਜੀ ਪਿਓਰ ਡਿਜੀਟਲ ਹੈ ਜੀ। ਹਾਂਜੀ ਆ ਡਿਜੀਟਲ ਦੁਪੱਟੇ, ਆ ਲੋ ਰੰਗ, ਹਾਂਜੀ ਕਢਾਈ ਦੇਖੋ, ਹਾਂਜੀ 800 ਰੁਪਏ ਦਾ ਸੂਟ ਭਾਜੀ। ਓ ਤੁਸੀਂ ਕਿਤੇ ਭੱਜਣ ਦੀ ਤਿਆਰੀ ਨਹੀਂ ਕਰਦੇ, ਕਰੀ ਕੀ ਜਾਂਦੇ ਤੁਸੀਂ? ਬੀਜਾ ਲੱਗ ਗਿਆ ਹੁਣ, ਚਲੇ ਜਾ ਸੂਟ ਵੀ 800-800 ਚ ਕਰਤੇ, ਬਿਲਕੁਲ ਬੀਜਾ ਲੱਗ ਗਿਆ ਹੁਣ। ਜਿਹੜੀ ਤੂੰ ਕਹਿੰਦਾ ਗੱਡੀ ਜਿਹੜੀ ਜੀ ਵੈਗਨ, ਹਾਂਜੀ ਬਾਹਰ ਜਾ ਕੇ ਲਾਂਗੇ, ਇੱਥੇ ਥੋੜੀ ਚੱਲਣੀ ਸਾਡੀ। ਹੋਰ ਤੁਸੀਂ ਕਹਣਾ ਵੀ 800 ਚ ਲੈ ਜਾਓ, ਇਹ ਵੀ 800 ਹੀ ਕਰਤਾ ਜੀ, ਮਜ਼ਾਕ ਆ ਯਾਰ ਕੋਈ। ਓ ਮੈਂ ਕਿਹਾ ਭਾਜੀ ਆ ਜਾਓ ਬਸ, ਆ ਚੱਕੋ 800 ਦੋ ਕਜੀ ਜਿਆ ਬੱਟੀ ਜਾਂਦੀ, ਕਹਿੰਦੇ ਮੁੰਡਾ ਮੇਰਾ ਲਟਾਈ ਜਾਂਦਾ ਸਾਰਾ ਕੁਝ, ਕਰ ਸੋਚੋ ਕੁਝ। ਆ ਦੇਖੋ ਉਹ ਮਾਰਬਲ ਪ੍ਰਿੰਟ ਆ ਗਿਆ ਦੇਖ, ਏਦਾਂ ਦੇ ਸੋਹਣੀਆਂ ਸੋਹਣੀਆਂ ਕੋਠੀਆਂ 'ਚ ਪੱਥਰ ਹੁੰਦੇ ਆ। ਹਾਂਜੀ ਆਪਾਂ ਉਹੀ ਪ੍ਰਿੰਟਿੰਗਾਂ ਡਿਜ਼ਾਈਨਰ, ਹਾਂਜੀ ਸੂਟਾਂ ਦੇ ਗ੍ਰਾਹ ਮਾਰੀਆਂ ਦੇਖ, ਡਿਜ਼ਾਈਨਰ ਡਿਜੀਟਲ ਚੀਜ਼ਾਂ, ਆਹ ਦੇਖ ਦੁਪੱਟੇ ਤੱਕੜ ਸਾਹਿਬ, ਆਹ ਚੀਜ਼ਾਂ ਨਾਲ ਦੁਪੱਟੇ। ਉਹ 800 ਰੁਪਏ ਨੂੰ ਸੂਟ ਨਾ ਵਿਕਿਆ ਵਾਪਸੀ। ਉਹ ਤੁਸੀਂ ਬੀਬੀਆਂ ਲੜਾ ਲੈਣੀਆਂ, ਹੁਣ ਕਹਿੰਦਾ ਮੈਂ ਤਾਂ ਜਲੰਧਰੋਂ 2,500 ਲਿਆ, ਜਿਹੜੀ ਲੁਧਿਆਣੇ ਕਿਉਂ ਕਹਿੰਦਾ 3,500 ਲਿਆ, ਦੁਕਾਨਦਾਰਾਂ ਦੇ ਲੜਾਈਆਂ ਪਾਣੀਆਂ ਤੁਸੀਂ ਪੱਕਾ। ਮੈਂ ਕਿਹਾ ਭਾਜੀ ਆਹ ਕੱਪੜਾ ਦੇਖੋ ਹੁਣ ਤੁਸੀਂ ਡਿਜੀਟਲ ਆ ਗਿਆ, ਹੋਰ ਧਮਾਕਾ, 800 ਰੁਪਏ ਦਾ ਸੂਟ ਤੁਹਾਡੇ ਹੱਥ 'ਚ, ਆਹ ਲਓ ਫਿਰ। ਜਿਹੜੇ ਤੁਸੀਂ 1,800-2,000 'ਚ ਸੂਟ ਲੈਣੇ ਆ ਨਾ, ਆਹ ਲਓ ਭੈਣਾਂ ਭਰਾਵਾਂ ਦੇ ਲਈ ਓਰੀਜਨਲ ਪਿਓਰ ਕੈਮਰੀ ਰਾਮ ਟੈਕਸ ਦੇ ਪ੍ਰਿੰਟ, ਆਹ ਦੇਖੋ। ਹਾਂਜੀ ਆਹ ਕਢਾਈ ਦੇਖੋ ਘੇਰੇ ਦੇ, ਉਹ ਲੈਸ ਵਰਕ ਨਾਲ, ਹਾਂਜੀ ਉਹ ਦੁਪੱਟੇ ਨਾਲ ਟਾਈ ਐਂਡ ਟਾਈ, ਭਾਜੀ 1,300-2,000 ਉਹ ਤਾਂ ਇੱਕ ਪਾ ਦੇ ਇੱਕ ਧੋ, ਭਾਜੀ 1,200-2,000 600 ਰੁਪਏ ਦਾ ਸੂਟ, 600 ਰੁਪਏ ਦਾ ਸੂਟ ਨਹੀਂ ਇਹ, ਮੈਂ ਤਾਂ ਕਿਹਾ 2,500 ਦਾ ਸੂਟ ਹੋਣਾ, ਤੁਸੀਂ 1,700 ਕਹੀ ਜਾਂਦੇ ਹੋ। ਉਹੀ ਤਾਂ ਗੱਲ ਹੈ, ਉਹ ਸੂਟ ਆ 800 ਦਾ, ਇਹੀ ਤਾਂ ਸਮਝਾ ਰਹੇ ਆ। ਇਹ ਵੀ 800 ਦਾ ਹੀ ਹੈ, ਇਹ ਵੀ 800 ਦਾ ਹੀ ਹੈ। ਕਾਰਨ ਕੀ ਹੈ ਵੀ ਤੁਸੀਂ ਲੁੱਟ ਖਤਮ ਕਰਨੀ ਹੈ ਨਾ, ਸਾਡੇ ਕੋਲ ਨਹੀਂ ਆਉਂਦੇ ਕਿਸੇ ਦੁਕਾਨਦਾਰ ਕੋਲ ਜਾ ਕੇ ਵੀ ਲੁੱਟ ਨਾ ਕਰਾਓ, ਕੀ ਸਾਡੇ ਕੋਲ ਨਹੀਂ ਆਣ ਹੁੰਦਾ ਨਾ, ਹਾਂਜੀ ਕਿਸੇ ਦੁਕਾਨਦਾਰ ਨੂੰ ਜਾ ਕੇ ਇਹ ਨਾ ਕਹੋ ਵੀ 2,000 ਵਾਲਾ ਸੂਟ ਦਿਖਾ, ਹਾਂਜੀ ਅਗਲਾ 1,500 ਵਾਲਾ ਵੀ 2,000 ਦਾ ਕਰ ਦਿੰਦਾ, 1,000 ਵਾਲਾ ਵੀ 2,000 ਦਾ ਕਰ ਦਿੰਦਾ। ਓ ਮੈਨੂੰ ਸਮਝ ਨਹੀਂ ਆਉਂਦਾ, ਮੈਂ ਆਹ ਵੀਡੀਓ ਪਾਉਣ ਦਾ ਕਾਰਨ ਹੀ ਹੁੰਦਾ ਚੀਕਾਂ ਮਾਰਨ ਦਾ, ਆ ਹੁਣ ਸੂਟ 500 ਦਾ ਆ, ਹਾਂਜੀ ਆ ਫੋਟੋ ਦੇਖ ਲਈ ਭੈਣ ਮੇਰੀ ਨੇ, ਹਾਂਜੀ ਭੈਣਾਂ ਸਾਡੀਆਂ ਭੋਲੀਆਂ ਬਿਲਕੁਲ ਹੀ, ਹਾਂਜੀ ਆ ਫੋਟੋ ਦੇਖ ਕੇ ਕਹਿੰਦਾ ਇਹਦੇ ਨਾਲ ਦਾ ਲੈਣਾ, ਕਹਿੰਦਾ 1,800 ਦਾ ਜੀ, ਹਾਂਜੀ ਮੰਗਾ ਦਿੰਨੇ ਆ ਆਰਡਰ ਤੇ ਆਊਗਾ, ਅਗਲੇ ਕਹਿੰਦਾ ਮੰਗਾ ਦੇ ਭਾਈ, ਤੇ ਅਗਲੇ ਨੇ 1,800-500 ਲਈ ਕਰਤਾ, ਕਾਪੀ ਤਿਆਰ ਕਰਤੀ, ਆ ਦੇਖੋ ਨਾ ਓਰੀਜਨਲ ਦੇ ਰਿਹਾ 500 ਜੀ। ਓਹੋ ਵੀ ਗਲੇ ਦੇ ਕਿੰਨਾ ਕੰਮ, ਆ ਦੇਖੋ ਬਾਜੂ ਵਰਕ, ਆ ਫਰੰਟ ਸਾਰਾ ਹੀ ਪੂਰਾ ਟੌਰ ਕਢਾਈ, ਉਹ ਪੌਂਚਿਆਂ ਦੇ ਵੀ ਕੰਮ ਬਾਬਾ, ਇਹ ਵੀ 500, ਇਹ ਵੀ 500, ਆ ਵੀ 500, ਆ ਦੇਖੋ 500 ਭਰਾਵਾ, ਤਾਂ ਤੋਬਾ 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 ਹੋਈ, ਆ ਦੇਖ ਦੁਪੱਟਾ ਨਾਲ ਬਾਜੂ ਵਰਕ ਕੱਢੇ ਹੋਏ, ਸਲਵਾਰ ਦੇ ਪੌਂਚੇ ਕੱਢੇ ਹੋਏ, ਉਹ ਭਾਜੀ 500 ਨੂੰ ਕਰਤੇ ਆ, 4 ਦਿਨ ਫੇਰ ਆ, ਹੁਣ 100 ਰੁਪਏ ਦਾ ਸੂਟ ਤੁਸੀਂ ਕਹੋ ਜੀ, ਚੌਥੇ ਦਿਨ ਮਿਲ ਜੂਗਾ, ਤੀਜੇ ਦਿਨ ਮਿਲ ਜੂਗਾ, ਉਹਦੀ ਕੋਈ ਗਾਰੰਟੀ ਨਹੀਂ। ਵੀਡੀਓ ਅੱਜ ਪੈਣ ਡਈ ਆ, ਸ਼ਨੀ ਦੇ ਐਤਵਾਰ ਨੂੰ ਆ ਜਾਓ, ਠੀਕ ਹੈ ਨਾ। ਆਹ ਦੇਖੋ ਭਾਜੀ ਸਟੋਕ,
ਇੱਕ ਇੱਕ ਨਾਲ ਦਾ 200-200 ਸੂਟ। ਹਾਂਜੀ ਆਹ ਦੇਖੋ ਢੇਰੀਆਂ ਲੱਗੀਆਂ ਹੋਈਆਂ, ਇੱਥੇ ਗੱਲ ਖਤਮ ਨਹੀਂ ਹੁੰਦੀ, ਇੱਧਰ ਧਾਂਕਾਂ ਲੱਗੀਆਂ ਹੋਈਆਂ, ਪੌੜੀਆਂ ਭਰਦੀਆਂ। ਮੈਂ ਕਿਹਾ ਪੌੜੀਆਂ ਵੀ ਭਰੀਆਂ ਹੋਈਆਂ, ਧਾਂਕਾਂ ਲੱਗੀਆਂ ਹੋਈਆਂ। ਓ ਯਾਰ ਆਹ ਚੀਜ਼ਾਂ ਦੇਖੋ, ਲੰਪਾ ਦੇ ਲੰਪ ਆਉਂਦੇ ਆ 100 ਰੁਪਏ। ਹਾਂਜੀ ਆਹ ਢੇਰਾਂ ਢੇਰ ਦੇਖੋ, ਬਜਾਜੀ ਦੇਖੋ, ਆਹ ਦੇਖੋ ਇਹਦਾ ਤੁਸੀਂ ਰੇਲ ਗੱਡੀ ਲੁੱਟ ਕੇ ਲਿਆਂਦੀ ਹੁੰਦੀ ਕਿਤੇ। ਆਹ ਦੇਖੋ ਭਾਜੀ ਜਿਹੜਾ ਬਾਜ਼ਾਰੋਂ ਤੁਸੀਂ 8-8 ਹਜ਼ਾਰ ਦਾ ਸੂਟ ਇੱਕ ਲੈਣੇ ਹੋਣਾ। ਹਾਂਜੀ ਆਹ ਚੱਕੋ ਬਾਬੇ ਦੀ ਹੱਟੀ ਦੇ ਭਾਜੀ, ਵਿਆਹ ਸ਼ਾਦੀਆਂ ਦੇ ਫੈਂਸੀ ਸੂਟ। ਹਾਂਜੀ ਪੂਰੇ ਲੱਦੇ ਹੋਏ ਸੂਟ ਲਓ ਭਾਜੀ, 7 ਹਜ਼ਾਰ ਦੇ 2 ਲੈ ਜਾਓ। ਆਹ ਦੇਖੋ ਕੱਪੜਾ ਇੱਕ ਤੋਂ ਇੱਕ ਢੇਰਾਂ ਦੇ ਢੇਰ ਭਾਜੀ, ਇੱਕ ਇੱਕ ਨਾਲ ਦਾ 100-100, ਕੋਈ 2-4 ਨਹੀਂ, ਕਿੱਧਰ ਨਿਗਾਹ ਮਾਰਨੀ ਹੈ ਦੱਸੋ। ਆਹ ਦੇਖੋ ਇੱਧਰ ਦੇਖੋ ਆਹ ਸੂਟ ਕਿੰਨੇ ਚਾਹੀਦੇ ਇੱਕ ਨਾਲ ਦੇ, ਦੇਖੋ ਇਹਨੂੰ ਕਹਿੰਦੇ ਹੋਲਸੇਲ ਦਾ ਕੰਮ, ਬਾਹਰ ਬਾਜ਼ਾਰਾਂ ਦਾ ਸਿਰਫ ਇੱਕ ਇੱਕ ਸੂਟ ਪਾ ਕੇ ਥੋੜੀ ਵੀਡੀਓ ਪਾ ਦੇਣੀ ਹੈ ਵੀ ਲੋਕਾਂ ਨੂੰ ਕਹਿਤਾ ਲੋ ਜੀ। ਆਹ ਦੇਖੋ ਭਾਜੀ ਕਿੰਨੇ ਚਾਹੀਦੇ ਆ, ਆਹ 35-35 ਸਾਨੂੰ ਕਰੇਬ ਦੇ ਸੂਟ ਨੇ। ਹਾਂਜੀ ਬਾਬੇ ਦੇ ਰੇਟ ਲੈ ਜਾਓ, 1500 ਨੂੰ ਲੈ ਜਾਓ। ਆਹ ਦੇਖੋ ਚੀਜ਼ਾਂ ਦੇ ਢੇਰ, ਬਜਾਜੀ ਦੇਖੋ, ਕੋਈ 2-4 ਸੂਟ ਲੈ ਕੇ ਪਿੰਡ 'ਚ ਨਹੀਂ ਬੈਠੇ, ਅੱਲਾ ਦੀ ਰਹਿਮਤ ਆ, ਭੈਣਾਂ ਭਰਾਵਾਂ ਦੀ ਸਪੋਰਟ ਆ। ਇੱਕ ਇੱਕ ਨਾਲ ਦਾ 100-100, 200-200 ਪੀਸ ਹੈ। ਆ ਜਾਓ ਜ਼ਿਲ੍ਹਾ ਜਲੰਧਰ ਜਮਸ਼ੇਰਗੜ੍ਹ ਬਾਬੇ ਦੇ ਰੇਟ ਲਓ 500-300। ਆਹ ਦੇਖੋ ਥਾਂ, ਆਹ ਲਓ ਡਿਜੀਟਲ 150-200 ਮੀਟਰ ਵਾਲੇ ਕੱਪੜੇ ਵੀ 100 ਰੁਪਏ ਮੀਟਰ ਜਾਂਦੇ। ਲੈ ਆਹ ਵੀ 100 ਰੁਪਏ ਮੀਟਰ, ਲੈ ਜਾਓ ਲੈ ਜਾਓ ਭਾਈ ਲੈ ਜਾਓ। ਭਲਾ ਵੀ ਤੁਸੀਂ ਵੀ ਸਿਆਣੇ ਬਣੋ, ਸ਼ਨੀਵਾਰ ਨੂੰ ਸਵੇਰੇ ਸਵੇਰੇ ਬਾਬੇ ਦੀ ਹੱਟੀ ਤੇ ਆ ਜਾਓ, ਇੱਥੇ ਤੁਹਾਡੇ ਫਾਇਦੇ ਕੱਢਣੇ ਆ। ਇੱਧਰੋਂ ਕੈਮਰਾ ਮਾਰ ਕੇ ਦਿਖਾ ਦਿਓ, ਇੱਧਰ ਘੁਮਾ ਦਿਓ ਸਾਰੇ ਪਾਸੇ, ਇੱਕ ਨਾਲ ਇੱਕ ਫ੍ਰੀ ਭਾਜੀ। ਆ ਲਓ ਫੜੋ, ਆਹ ਦੇਖੋ 1500-1500 ਦੇ ਸੂਟ, ਆਹ ਚੱਕੋ 400-400 ਰੁਪਏ, 400 ਰੁਪਏ ਸੂਟ, 400 ਰੁਪਏ ਸੂਟ, ਆਹ 1500 ਸੂਟ ਭਾਜੀ, 400 ਰੁਪਏ ਚੈਲੰਜ ਹੈ। ਮਾਲ ਦੱਸੋ ਕਿੰਨਾ ਚਾਹੀਦਾ। ਆ ਦੇਖੋ ਦੇਖੋ ਭਾਜੀ ਧਾਂਕਾ, ਇੱਕ ਇੱਕ ਨਾਲ ਦਾ 2-2 ਹਜ਼ਾਰ ਸੂਟ ਪਿਆ, ਹੋਲਸੇਲ ਦੀ ਦੁਕਾਨ ਤੇ ਰੇਟ ਥੋੜੀ ਕਰਦੇ ਆਪਾਂ ਭਾਈ। ਹੁਣ ਤਾਂ ਸਾਰੇ ਹੀ ਫਾਇਦੇ ਆ, ਆਹ ਦੇਖੋ ਬਾਜ਼ਾਰ 'ਚ 1500 ਦਾ ਇੱਕ, ਇੱਥੇ 1200 ਦੇ 3, ਮਤਲਬ 400 ਰੁਪਏ ਦਾ ਸੂਟ ਕਰਦਾ। ਆਹੋ ਤੁਹਾਨੂੰ ਦਿਖਾਈਏ ਭਾਜੀ, ਅੱਛਾ ਦਾਜਪੁਰੀ ਵਾਲਾ ਸੌਦਾ ਹੈ ਕੋਈ? ਬੜਾ ਕੁਛ ਆ ਦੇਖੋ, 1000 ਦੇ 4 ਭਾਜੀ, ਆਹ ਦੇਖੋ 1000 ਦੇ 4, ਆਹ ਲੋ 1000 ਦੇ 4, ਕੈਮਰਿਕ ਸੂਟ ਦੁਪੱਟਾ 1000 ਦੇ 4, ਆ ਇੰਨੇ ਸੂਟ ਸਿਰਫ 1000 ਦੇ 4 ਲੋ, ਨਾ ਵਿਕੇ ਮੋੜ ਜੋ, ਟੈਨਸ਼ਨ ਨਹੀਂ ਲੈਣੀ। ਆਹ ਲੋ 250 ਦਾ ਕਰਤਾ ਜੀ, 250 ਦਾ ਦੇਖੋ ਭਾਜੀ, 100 ਰੁਪਏ ਦੇਖੋ, ਆਹ ਲੋ ਫੜੋ 100 ਰੁਪਏ, ਜਿੰਨੇ ਮਰਜ਼ੀ 100-100 ਰੁਪਏ ਭਾਜੀ, 100-100 ਰੁਪਏ, ਉਹ ਢੇਰਾਂ ਦੇ ਢੇਰ ਲੱਗ ਗਏ ਨੇ 100 ਰੁਪਏ। ਇੱਕ ਬੇਨਤੀ ਆ ਭਾਈ, 100 ਰੁਪਏ ਇਹ ਇੱਕ ਬੰਦੇ ਨੂੰ ਨਾ ਜ਼ਿਆਦਾ ਦਿਓ, ਮੇਰੇ ਭੈਣ ਭਾਈਆਂ ਨੂੰ ਨਾ ਸਾਰਿਆਂ ਨੂੰ ਵੰਡ ਵੰਡ ਕੇ ਦਿਓ, ਸਭ ਨੂੰ ਵੰਡ ਵੰਡ ਕੇ ਦਾਂਗੇ। ਬਸ ਆ ਜਾਓ ਜਲਦੀ ਕਰ ਲਓ, 100-100 ਰੁਪਏ ਚ ਢੇਰੀਆਂ, ਮਰ ਜਾ ਇੱਧਰ ਵੀ ਦਿਖਾ ਦਿਓ, ਕਿਸੇ ਨੇ ਵਿਆਹ ਸ਼ਾਦੀ ਦਾ ਕੱਪੜਾ ਵੀ ਲੈਣਾ। ਵਿਆਹ ਸ਼ਾਦੀ ਲਈ ਜਿੰਨਾ ਮਰਜ਼ੀ ਕੱਪੜਾ ਲਓ, ਇੱਕ ਤੋਂ ਇੱਕ ਸੂਟ ਆ ਲਓ ਭਾਜੀ, ਪਹਿਲਾ ਸੂਟ ਦਾ ਧਮਾਕਾ। ਆਹ ਦੇਖੋ ਸੂਟ ਭਾਜੀ, ਭਾਜੀ ਬਜ਼ਾਰੋ 6000 ਦਾ, ਹਾਂਜੀ ਬਾਬੇ ਰੇਟ ਦੇ 5000 ਦਾ, ਹਾਂਜੀ ਇੱਕ ਨਾਲ ਇੱਕ ਫ੍ਰੀ, ਮਤਲਬ 2500 ਦਾ। ਆਹ ਚੱਕੋ ਭਾਜੀ, ਪੂਰਾ ਪੰਜਾਬ ਘੁੰਮ ਲੈਣਾ। ਆਹ ਲਓ ਜਿਹੜਾ ਬਾਜ਼ਾਰ ਦੇ ਵਿੱਚ 6000 ਰੁਪਏ ਦਾ ਸੂਟ, ਬਾਬੇ ਦੀ ਹੱਟੀ ਤੋਂ ਲੈ ਜਾਓ 2500 ਦਾ ਸੂਟ। ਹੁਣ ਦੇਖੋ ਭਾਰੇ ਭਾਰੇ ਸੂਟ ਆ ਇੱਥੇ, ਇੱਕ ਦੋ ਨਹੀਂ, ਆਹ ਲਓ ਜੀ ਬਹੁਤ ਸਾਰੇ ਕੱਪੜੇ ਹੈਗੇ। ਆਹ ਲਓ ਸੋਨਾ ਚਾਂਦੀ ਓਰੀਜਨਲ ਸਿਲਕ ਦਾ ਸੂਟ, ਪਾਕਿਸਤਾਨੀ ਦੁਪੱਟਾ ਨਾਲ ਭਾਜੀ, ਬਾਜ਼ਾਰ 'ਚ ਇਹੀ ਸੂਟ ਤੁਹਾਨੂੰ 2000 ਦਾ ਮਿਲਣਾ। ਹਾਂਜੀ ਅਸੀਂ 1800 ਦੇ 2 ਦਾਂਗੇ, 900 ਰੁਪਏ ਦਾ। ਆਹ ਲਓ ਚੱਕੋ, ਆਹ ਲਓ ਕਿੰਨੇ, ਬਾਰ ਬਾਰ ਕਹਿ ਰਿਹਾ ਸ਼ਨੀਵਾਰ ਐਤਵਾਰ ਸੋਮਵਾਰ, ਵੱਡੇ ਤੋਂ ਵੱਡਾ ਧਮਾਕਾ। ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਰੇਡੀ ਤੁਹਾਡੀ ਆਪਣੀ ਹੱਟੀ ਹੈ, ਫੈਰਾ ਤੁਸੀਂ ਬਾਬੇ ਰੇਡੀ ਦਾ ਕਰਨਾ, ਬਾਬੇ ਰੇਡੀ ਨੇ ਤੁਹਾਡਾ ਕਰਨਾ, ਠੀਕ ਹੈ ਜੀ।
ਕਿਉਂਕਿ ਇੱਕ ਦੂਜੇ ਨਾਲ ਹੀ ਬੰਦਾ ਜੁੜਿਆ ਤਾਂ ਹੀ ਫਾਇਦਾ ਲੈ ਰਿਹਾ। ਠੀਕ ਹੈ ਜੀ, ਆਇਓ ਫਿਰ ਜ਼ਿਲ੍ਹਾ ਜਲੰਧਰ, ਜਮਸ਼ੇਰਗੜ੍ਹ ਬਾਬੇ ਰੱਟੀ ਦੇ। ਨਾ ਜਲੰਧਰ ਜਾਣਾ ਬਈ, ਨਾ ਲੁਧਿਆਣੇ ਜਾਣਾ, ਨਾ ਅੰਮ੍ਰਿਤਸਰ ਜਾਣਾ, ਨਾ ਹੋਰ ਪਾਸੇ ਜਾਣਾ। ਬਾਬੇ ਰੱਟੀ ਆ ਜਾਓ, ਵੱਡੇ ਫਾਇਦੇ, 100 ਰੁਪਏ ਦਾ ਸੂਟ, 200 ਰੁਪਏ ਦਾ ਸੂਟ, 250 ਰੁਪਏ ਦਾ ਸੂਟ, ਮੈਂ ਕਿਹਾ ਚੀਕਾਂ ਕਢਾ ਦਿਆਂਗੇ। ਸਿੰਗ ਫਸਾ ਕੇ ਤਾਂ ਦੇਖੋ, ਆ ਨੰਬਰ ਸਕਰੀਨ 'ਤੇ, ਫੋਨ ਕਰ ਲਿਓ ਜੇ ਕੋਈ ਲੋੜ ਪਈ। ਕੋਈ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕੜ, ਸਾਂਝ ਟੀਵੀ ਜਮਸ਼ੇਰ ਖਾਸ।